समर्पण कर दिता ही कभी रब दे कृष्ण वाल भी देखे तो मनन ले तैयार नहीं किसी फकीर या करिश्मा कर दिखाए सारा ब्रह्मांड सारा संसार आखना किसी फकीर कोई योजा कृष्ण करे चवारा भी हो जिंदिया चारे दिशा मैं लफज कर चवारा लफज क्यों बने एसी का सिस्टम नहीं सी हर पुजदा सरदा घर अपनी हवेली अपने घर के उत्ते एक चवारा जरूर पाता सी उन्हें असी कहते चवारा हर घर जिन्हों एक कोठा नसीब होना है वो तो गल वक्री है पर जेड़ा भी थोड़ा जहा पुजदा सी अज भी जेड़े पुजते ए सी लगा देने उस वक्त ये साधन नहीं सन पुजदा सदा घर अपनी हवेली अपने मकान उत्ते चुबारा पाता सी क्योंकि वह मकान पक्का होता सी जिंदियां नहीं आई कच्चिया ने दीवारा कच्चिया ने उनके उत्ते चुबारा पाना ना समझिए पक्के घर वाले चुबारा पाएगा उत्ते चुबारा पाता सी ते उनका नाम चुबारा भी क्यों सी
ਕਿਉਂਕਿ ਉਹਦੇ ਚਾਰੋਂ ਪਾਸੇ ਬਾਰੀਆਂ ਦਰਵਾਜ਼ੇ ਹੁੰਦੇ ਸਨ, ਚਾਰੋਂ ਬਾਰਾਂ ਚਾਰੇ ਪਾਸੇ ਬਾਰੀਆਂ ਦਰਵਾਜ਼ੇ। ਗਰਮੀਆਂ ਦੇ ਦਿਹਾੜਿਆਂ ਵਿੱਚ ਲੋਕ ਦੁਪਹਿਰ ਚੌਬਾਰੇ ਵਿੱਚ ਕੱਟਦੇ ਸਨ, ਤਾਂ ਕਿਸੇ ਪਾਸਿਓਂ ਵੀ ਹਵਾ ਆਉਣ ਚੱਲੇ ਉਹ ਹਵਾ ਉਸ ਚੌਬਾਰੇ ਦੇ ਵਿੱਚੋਂ ਜ਼ਰੂਰ ਲੰਘਣੀ ਹੈ। ਉਹਦਾ ਨਾਂ ਹੀ ਚੌਬਾਰਾ ਹੈ, ਚਾਰ ਪਾਸਿਆਂ ਤੋਂ ਬਾਰੀਆਂ ਨੇ, ਚਾਰੇ ਪਾਸਿਆਂ ਤੋਂ ਬਾਰੀਆਂ ਹੋਣ ਕਰਕੇ ਉਸਦਾ ਨਾਂ ਚੌਬਾਰਾ ਹੈ। ਅਤੇ ਕਿਸੇ ਪਾਸੇ ਦੀ ਹਵਾ ਚੱਲੀ ਉਹਦੇ ਵਿੱਚੋਂ ਜ਼ਰੂਰ ਕ੍ਰੋਸ ਕਰਨੀ, ਇਸ ਲਈ ਉਹ ਠੰਡਾ ਵੀ ਰਹਿੰਦਾ ਸੀ। ਅਤੇ ਪੁੱਜਦੇ ਸਨ ਦੇ ਘਰ ਆਪਣਾ ਦੁਪਹਿਰਾ ਕੱਟਣ ਲਈ, ਅਸੀਂ ਉੱਥੇ ਲਾਉਂਦੇ ਸਨ। ਅਤੇ ਗੁਰੂ ਕਹਿੰਦੇ ਨੇ ਮੈਨੂੰ ਤੇਰਾ ਘਰ ਮੈਂ ਜਦੋਂ ਦੇਖਣਾ, ਅਤੇ ਪਾਣੀ ਦੀ ਸਤਾ ਅਤੇ ਧਰਤੀ, ਧਰਤੀ ਉੱਤੇ ਸੰਸਾਰ ਰੂਪੀ ਜਗਤ ਰੂਪੀ ਘਰ, ਇਹ ਜਗ ਸੱਚੇ ਕੀ ਹੈ ਕੋਠੜੀ ਇਹ ਘਰ, ਅਤੇ ਘਰ ਵੀ ਉਹ ਜਿਹੜਾ ਚੌਬਾਰਾ ਚਾਰਿਆਂ ਪਾਸੇ ਤੋਂ ਹਰ ਪਾਸੇ ਦੇ ਨਾਲ ਉਸ ਚੌਬਾਰੇ ਦਾ ਸੰਬੰਧ ਹੈ। ਚੌਬਾਰਾ ਚਾਰੇ ਪਾਸੇ ਬਾਹਰ ਨੇ, ਬਾਹਰ ਦਰਵਾਜ਼ੇ ਨੂੰ ਕਹਿੰਦੇ ਸਨ, ਬਾਰੀਆਂ ਛੋਟੇ ਦਰਵਾਜ਼ੇ ਨੂੰ ਕਹਿੰਦੇ ਸਨ, ਹਰ ਪਾਸੇ ਨਾਲ ਸੰਬੰਧ ਰੱਖਦਾ। ਕਹਿਣ ਲੱਗੇ ਤੇਰਾ ਵੀ ਮੈਨੂੰ ਘਰ ਇਹੋ ਜਿਹਾ ਦਿਸਦਾ, ਚਤੁਰ ਦਿਸ਼ਾ ਕਿਨੂੰ ਬਲ ਆਪਣਾ, ਚਤੁਰ ਤੋਂ ਭਾਵ ਚਾਰ, ਚਾਰੇ ਦਿਸ਼ਾਵਾਂ ਨਾਲ ਤੇਰਾ ਸੰਬੰਧ ਹੈ। ਕੋਈ ਮਨੁੱਖ ਕਿਸੇ ਦਿਸ਼ਾ ਵਿੱਚ ਵੀ ਰਹਿੰਦਾ, ਕੋਈ ਜੀਵ ਕਿਸੇ ਵੀ ਦਿਸ਼ਾ ਵਿੱਚ ਰਹਿੰਦਾ, ਉਹ ਤੇਰੇ ਨਾਲ ਸੰਬੰਧ ਜੋੜ ਸਕਦਾ, ਕਿਉਂਕਿ ਤੇਰਾ ਇਹ ਸੰਸਾਰ ਚੌਬਾਰਾ ਹੈ, ਹਰ ਪਾਸੇ ਨਾਲ ਉਹਦਾ ਦਰਵਾਜ਼ਾ ਖੁੱਲ੍ਹਦਾ, ਜਿਹਨੂੰ ਅਸੀਂ ਆਖਦੇ ਹਾਂ ਚਤੁਰ ਦਿਸ਼ਾ ਕਿਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸ਼ਬਦਾਵਲੀ ਵਿੱਚ ਕਿਧਰ ਸਮਝ ਰਹੀ ਹੈ, ਕਹਿੰਦੇ ਨੇ ਕੈਸਾ ਕ੍ਰਿਸ਼ਮਾ ਹੈ ਤੂੰ, ਪਾਣੀ ਦੀ ਸਤਾ ਤੇ ਧਰਤੀ, ਧਰਤੀ ਉੱਤੇ ਸੰਸਾਰ ਇੱਕ ਚੁਬਾਰਾ, ਉਹਦੇ ਵਿੱਚ ਤੂੰ ਬੈਠਾ ਹੈ, ਉਹਦੇ ਵਿੱਚ ਤੂੰ ਬੈਠਾ ਹੈ, ਪੁਣ ਧਰਤੀ ਪੁਣ ਪਾਣੀ ਆ ਸੰਚਾਰ ਕੁੰਟ ਚੌਬਾਰਾ, ਚਾਰੇ ਕੁੰਟਾਂ ਵਿੱਚ ਜਿੰਦੀ ਪਹੁੰਚ ਹੈ ਉਸ ਚੌਬਾਰੇ ਵਿੱਚ ਤੂੰ ਆਸਣ ਲਾ ਕੇ ਬੈਠਾ। ਤੇ ਕਹਿੰਦੇ ਵੀ ਮੈਂ ਤੇਰੇ ਕਿਹੜੇ ਕਿਹੜੇ ਚੋਜ ਕਿਹੜੇ ਕਿਹੜੇ ਕ੍ਰਿਸ਼ਮੇ ਨੂੰ ਦੇਖਾਂ, ਉਹ ਇਹ ਕਿ ਸਗਲ ਮੂਰਤ ਕੀ ਸਗਲ ਭਵਨ ਕੀ ਮੂਰਤ ਏਕਾ, ਇਹ ਜਿੰਨੇ ਸੰਸਾਰ ਦੇ ਭਵਨ ਨੇ ਲੋਕ ਪਰਲੋਕ ਤਿੰਨੋਂ ਭਵਨ, ਇਹਨਾਂ ਵਿੱਚ ਜਿਹੜੀਆਂ ਵੀ ਮੂਰਤੀਆਂ ਨੇ ਵੱਖਰੇ ਵੱਖਰੇ ਰੂਪ ਨੇ ਜੀਆਂ ਦੇ, ਕੋਈ ਜੀ ਦਾ ਰੂਪ ਇੱਕ ਥੋੜਾ ਹੈ, ਸੈਂਕੜੇ ਤਾਦਾਦ ਵਿੱਚ ਜੀ, ਹਜ਼ਾਰਾਂ ਦੀ ਤਾਦਾਦ ਵਿੱਚ ਪੰਛੀ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਜਾਨਵਰ ਨੇ, ਜੀਵ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਮਨੁੱਖ ਨੇ, ਲੱਖਾਂ ਦੀ ਤਾਦਾਦ ਵਿੱਚ ਸਾਰਿਆਂ ਦੀ ਵੱਖਰੀਆਂ ਵੱਖਰੀਆਂ ਮੂਰਤਾਂ ਨੇ। ਪਰ ਕਹਿਣ ਲੱਗੇ ਮੈਂ ਕੀ ਦੇਖਣਾ, ਸਾਰਿਆਂ ਦੀ ਟਕਸਾਲ ਜਿਹੜੀ ਆ ਉਹ ਤੂੰ ਹੈ, ਟਕਸਾਲ ਕਹਿੰਦੇ ਜਿੱਥੇ ਮੂਰਤਾਂ ਖੜੀਆਂ ਜਾਣ, ਜਿੱਥੇ ਕੋਈ ਚੀਜ਼ ਘੜੀ ਜਾਏ ਨਾ ਬਣਤ ਬਣੇ ਉਹਨੂੰ ਟਕਸਾਲ ਆਖਦੇ ਨੇ। ਹਾਂ, ਰੁਪਿਆਂ ਦੀ ਜਿੱਥੇ ਛਪਾਈ ਹੁੰਦੀ ਘੜੇ ਜਾਂਦੇ ਨੇ, ਕਰੰਸੀ ਜਿੱਥੇ ਘੜੀ ਜਾਂਦੀ ਉਸਨੂੰ ਵੀ ਟਕਸਾਲ ਆਖਦੇ ਨੇ। ਟਕਸਾਲ ਦਾ ਮਤਲਬ ਹੁੰਦਾ ਜਿੱਥੇ ਕੋਈ ਚੀਜ਼ ਦੀ ਘਾੜਤ ਹੋਵੇ। ਕਹਿਣ ਲੱਗੇ ਮੈਨੂੰ ਦਿਸਦਾ ਟਕਸਾਲ ਤੂੰ ਇੱਕੋ ਹੀ ਹੈ, ਇੰਨੀਆਂ ਮੂਰਤਾਂ, ਇੰਨੀਆਂ ਸ਼ਕਲਾਂ, ਇੰਨੇ ਜੀਵ ਜੰਤ ਇਸ ਸੰਸਾਰ ਜਗਤ ਵਿੱਚ ਬਣੇ ਹੋਏ ਨੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ, ਪਰ ਮੈਨੂੰ ਟਕਸਾਲ ਨਹੀਂ ਦਿਸਦੀ, ਹੈ ਟਕਸਾਲ ਦੇ ਖੜੇ ਹੋਏ, ਉਹ ਤੇਰੀ ਟਕਸਾਲ ਹੈ। ਬਣਾਉਣ ਵਾਲਾ ਮੇਰੇ ਸਾਹਿਬਾ,
ਤੇਰੇ ਚੋਂ ਵਿਡਾਣਾ ਅਜੀਬ ਕਿਸਮ ਦਾ ਕਿਸ਼ਮਾ ਹੈ, ਹੋਰ ਕੋਈ ਕਰ ਨਹੀਂ ਇਹੋ ਜਿਹਾ ਕੋਈ ਸੰਸਾਰ ਆਪਣਾ ਬਣਾ ਕੇ ਆਪਣਾ ਵਸਾ ਕੇ ਦਿਖਾਏ ਤਾਂ ਕੈਸੀ ਨਾ ਕਿ ਪੰਚ ਤੱਤ ਕਰ ਕੋ ਵਿਰਤੁਰ ਸ੍ਰਿਸ਼ਟ ਸੰਸਾਰ ਜੀ, ਕੋਈ ਛੇਵਾਂ ਕਰੇ ਉਹ ਜਗਜ ਕੀਤਾ ਹੋਵੇ, ਕੋਈ ਛੇਵਾਂ ਤੱਤ ਕ ਬਣਾ ਕੇ ਵਿਖਾਵੇ, ਤੂੰ ਰੱਬ ਨੂੰ ਬਣਦਾ ਹੀ ਨਹੀਂ, ਤੂੰ ਅੰਦੇ ਤੋਂ ਨਾਸਤਿਕ ਹੋ ਰਹੇ। ਪਰ ਕਹਿਣ ਲੱਗੇ ਤੂੰ ਦਾ ਕ੍ਰਿਸ਼ਮਾ ਜਿਹੜਾ ਉਹ ਕਰਦਾ ਕੋਈ ਕਰਕੇ ਦਿਖਾ, ਤੂੰ ਆਪਣਾ ਇੱਕ ਸੰਸਾਰ ਵੱਖਰਾ ਇਨਕਲਾਬ ਲਿਆ ਕੇ ਦੁਨੀਆਂ ਘੜਨੇ ਚਾਹੁੰਦਾ ਹੈ, ਦੁਨੀਆਂ ਅੰਦਰ ਇਨਕਲਾਬ ਲਿਆ ਕੇ ਵੱਖਰੀ ਕਿਸਮ ਦਾ ਸੰਸਾਰ ਦਾ ਖਿਆਲ ਪੈਦਾ ਕਰਨਾ ਚਾਹੁੰਦਾ। ਪਰ ਕਰਨ ਵਾਲਿਆ ਤੈਨੂੰ ਇਹ ਪਤਾ ਇਹੋ ਜਿਹਾ ਸੰਸਾਰ ਤਾਂ ਘੜ ਕੇ ਵਿਖਾ ਜਿਹਦੇ ਤੋਂ ਮੁਨਕਰ ਹੋ ਰਹੇ ਹੈ, ਜਿਹਦੇ ਤੋਂ ਨਾਸਤਿਕ ਹੋ ਰਹੇ ਹੈ, ਉਹਦੇ ਚੋਰ ਵੇਖ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ। ਹੁਣ ਇੱਥੇ ਰੁਕਣਾ ਵੀ ਹੈ, ਸੰਸਾਰ ਤਾਂ ਬਹੁਤ ਤਰ੍ਹਾਂ ਦਾ ਹੈ, ਜੇ ਜੇ ਦੇਖਾਂ ਤਾਂ ਜੋ ਤੂੰ ਆ ਗਈ ਹਰ ਥਾਂ ਤੇ ਤੂੰ ਵਸ ਰਿਹਾ ਹੈ, ਹਰ ਇੱਕ ਦੇ ਹਿਰਦੇ ਵਿੱਚ ਵਸ ਰਿਹਾ ਹੈ, ਹਰ ਥਾਂ ਅੰਦਰ ਤੇਰਾ ਟਿਕਾਣਾ ਹੈ। ਪਰ ਤੇਰਾ ਰੂਪ ਕਿਨੇਹਾ, ਮੈਂ ਤੇਰੀ ਸ਼ਕਲ ਵੀ ਦੇਖਣਾ ਚਾਹੁੰਦਾ, ਨਹੀਂ ਤਾਂ ਮੁਨਕਰ ਇਸੇ ਲਈ ਹੋ ਰਿਹਾ ਦੁਕਾਨ ਤੇ ਹੋ ਰਿਹਾ। ਤੇਰਾ ਰੂਪ ਕਿਨੇਹਾ, ਕਿਉਂਕਿ ਆਖਿਰ ਜਿੰਨੀਆਂ ਮੂਰਤਾਂ ਨੇ ਉਹਨਾਂ ਨੂੰ ਬਣਾਉਣ ਵਾਲੇ ਹੋ ਗਏ ਤੇ ਨਹੀਂ ਨਾ ਰੱਬ ਵੀ ਉਹਨੇ ਹੋਏ, ਔਰ ਬਹੁਤੀ ਤਾਦਾਦ ਵਿੱਚ ਦੁਨੀਆਂ ਹਰ ਕਿਸੇ ਦੀ ਮੂਰਤ ਵੱਖਰੀ, ਹਰ ਕਿਸੇ ਦੀ ਸ਼ਕਲ ਵੱਖਰੀ। ਤਾਂ ਇਹਦਾ ਮਤਲਬ ਇੱਕ ਇੱਕ ਸ਼ਕਲ ਕਿਸੇ ਇੱਕ ਇੱਕ ਘਰ ਤੇ ਘੜਨ ਵਾਲੇ ਨੇ, ਇੱਕ ਇੱਕ ਟਕਸਾਲ ਵਾਲੇ ਨੇ ਬਣਾਈਏ, ਇੰਨੇ ਰੱਬ ਨੇ ਜਦੋਂ ਗੱਲ ਸਾਹਿਬ ਦੀ ਆਉਂਦੀ ਹੈ ਉਦੋਂ ਸਪਸ਼ਟ ਕਹਿੰਦੇ ਨੇ ਸਾਹਿਬ ਮੇਰਾ ਇੱਕੋ ਹੈ, ਜਦੋਂ ਇਹ ਮਸਲਾ ਆਉਂਦਾ ਹੈ ਉਦੋਂ ਸਾਫ ਕਹਿੰਦੇ ਨੇ, ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹੀ ਕਿ ਜਿੰਨੀ ਦੁਨੀਆਂ ਉਹਨਾਂ ਦੇ ਸਾਹਿਬ ਵੀ ਓਨੇ ਨੇ, ਟਕਸਾਲਾਂ ਵੀ ਓਨੀਆਂ ਨੇ, ਰੱਬ ਵੀ ਓਨੇ ਨੇ, ਘੜਨ ਵਾਲੇ ਵੀ ਓਨੇ ਨੇ, ਇਹ ਸਾਰੇ ਕੋਈ ਡਿਜ਼ਾਇਨ ਇੱਕ ਹੀ ਰੱਬ ਵੱਖਰੇ ਨਹੀਂ ਬਣਾ ਰਿਹਾ, ਸਾਹਿਬ ਮੇਰਾ ਇੱਕੋ ਹੈ। ਇਹ ਤਾਂ ਉਹਦੇ ਚੋਜ ਨੇ, ਸਾਹਿਬ ਮੇਰਾ ਇੱਕੋ ਹੈ, ਉਹ ਵੀ ਅਸੀਂ ਪੜ੍ਹਨੇ। ਤੇ ਜੇ ਇੱਕੋ ਸਾਹਿਬ ਹੈ, ਮੁਖ ਤੇਰੇ ਟਕਸਾਲਾ, ਇੱਕੋ ਹੀ ਟਕਸਾਲ ਤੋਂ ਇਹ ਸਾਰੇ ਰੂਪ ਘੜੇ ਗਏ ਨੇ, ਤਾਂ ਫਿਰ ਮੈਨੂੰ ਇੱਕ ਗੱਲ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਉਹ ਕੀ? ਉਹ ਇਹ ਸੋਚਣ ਵਾਲੀ ਗੱਲ ਹੈ, ਜੈ ਜੈ ਦੇਖਾਂ ਤੇ ਜੋਤ ਤੁਮਾਰੇ, ਤੇਰਾ ਰੂਪ ਕਿਨੇਹਾ। ਤੇ ਅਗਲੀ ਲਾਈਨ ਅੰਦਰ ਬੜਾ ਖੂਬਸੂਰਤ ਜਵਾਬ ਦਿੰਦੇ ਨੇ, ਤੇਰਾ ਰੂਪ ਕਿਨੇਹਾ, ਕਹਿੰਦੇ ਨੇ ਇੱਕਤ ਰੂਪ ਫਿਰੈ ਪ੍ਰਛੰਨਾ, ਪ੍ਰਛੰਨਾ ਦਾ ਮਤਲਬ ਹੁੰਦਾ ਛੁਪ ਕੇ ਰਹਿਣ ਵਾਲਾ, ਲੁਕ ਛੰਨ ਦੇ ਵਿੱਚ ਲੁਕਿਆ ਹੋਇਆ। ਤਾਂ ਅਨੇਕ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਹ ਲਫ਼ਜ਼ ਆਏ ਨੇ, ਨਾ ਕੋਈ ਛਾਣ ਨਾ ਛਾਪਣੀ, ਨਾ ਕੋਈ ਘੰਟ ਨਾ ਕਰਿਆ, ਜਿਹਦੇ ਵਿੱਚ ਮਨੁੱਖ ਰਹਿੰਦਾ ਹੋਏ ਨੂੰ ਉਹਨੂੰ ਛੰਨ ਕਹਿੰਦੇ ਨੇ। ਜਦੋਂ ਉਹ ਛੰਨ ਟੁੱਟਦੇ ਹੀ ਇਹ ਤਾਂ ਬਾਹਰ ਆਉਂਦਾ, ਉਮੀ ਦੇਰ ਲੁਕਿਆ ਰਹਿੰਦਾ ਸ਼ਬਦ ਕਬੀਰ ਜੀ ਦੇ ਹੱਥਾਂ ਤੇ ਆਇਆ। ਦੇਖੋ ਭਾਈ ਗਿਆਨ ਕੀ ਆਈ ਆਉਂਦੀ, ਸਭੇ ਉਡਾਣੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੇ, ਦੁਚਿੱਤੇ ਕੀ ਦੁਥੂਨ ਕਰਾਨੀ, ਮੋਹ ਬਲਿੰਡਾ ਟੂਟਾ, ਤਿਸ਼ਨਾ ਛਾਨ ਪਰੀ ਘਰ ਉੱਪਰ ਦੁਰਬਤ ਭਾਂਡਾ ਫੂਟਾ। ਕਹਿਣ ਲੱਗੇ ਤ੍ਰਿਸ਼ਨਾ ਦੀ ਛੰਨ ਵਿੱਚ ਮਨ ਲੁਕ ਕੇ ਬੈਠਾ ਸੀ, ਬਾਰਿਸ਼ ਵੀ ਪੈਂਦੀ ਸੀ, ਧੁੱਪ ਵੀ ਪੈਂਦੀ ਸੀ, ਉਹਦੇ ਤੇ ਕੋਈ ਅਸਰ, ਕਿਉਂਕਿ ਲੁਕ ਕੇ ਬੈਠਾ ਹੈ, ਛੰਨ ਦੇ ਵਿੱਚ ਹੈ। ਤੇ ਅਖੀਰਲੀ ਲਾਈਨ ਵਿੱਚ ਕਹਿੰਦੇ ਨੇ ਆਂਦੀ ਪਾਛੇ ਜੋ ਜਲ ਵਰ ਖੇਤਾ ਹੈ, ਤੇਰਾ ਜਨ ਬਹਿਨਾ। ਹੁਣ ਅੰਧੇਰੀ ਆਈ, ਉਹਦੇ ਨਾਲ ਛੰਨ ਉੱਡ ਗਈ, ਛੰਨ ਤੋਂ ਬਾਹਰ ਆ ਗਿਆ,
ਹੁਣ ਉਹ ਬਾਰਿਸ਼ ਪੈਂਦੀ ਹੈ ਅਤੇ ਉਹਦੇ ਨਾਲ ਭਿੱਜ ਜਾਂਦਾ ਕਿਉਂਕਿ ਲੁੱਕ ਕੇ ਨਹੀਂ ਨਾ ਬੈਠਾ। ਹੁਣ ਅਜੀਬ ਗੱਲ ਇਹ ਹੈ, ਰੱਬ ਐਸੀ ਛੰਨ ਵਿੱਚ ਬੈਠਾ ਹੈ ਜਿਹੜੀ ਛੰਨ ਵੀ ਉਹਦੀ ਮਰਜ਼ੀ ਦੀ ਹੈ। ਜੇ ਭਲਾ ਰੋਜ਼ ਛੰਨ ਟੁੱਟਣ ਲੱਗ ਪਵੇ, ਰੋਜ਼ ਸੰਸਾਰ ਖਤਮ ਹੋਣ ਲੱਗ ਪਵੇ ਤਾਂ ਸੰਸਾਰ ਦੀ ਕੀ ਹਾਲਤ ਹੋਵੇਗੀ? ਜੀਵ ਆਉਂਦਾ ਚਲਾ ਜਾਂਦਾ, ਦੁਨੀਆਂ ਵਸਦੀ ਰਹਿੰਦੀ ਹੈ। ਘਰ ਬਣਦੇ ਨੇ 100 ਸਾਲ ਬਾਅਦ, 150 ਸਾਲ ਬਾਅਦ, ਕਿਲ੍ਹੇ ਜਿਹੜੇ ਨੇ ਉਹ ਕਈ ਸਦੀਆਂ ਬਾਅਦ ਟੁੱਟ ਜਾਂਦੇ ਨੇ, ਖੰਡਰ ਬਣ ਜਾਂਦੇ ਨੇ। ਧਰਤੀ ਤਾਂ ਉਵੇਂ ਰਹਿੰਦੀ ਹੈ, ਧਰਤੀ ਕਦੀ ਪੁਰਾਣੀ ਨਹੀਂ ਹੁੰਦੀ। ਸਾਰੇ ਇਸ ਸੰਸਾਰ ਵਿੱਚ ਵਸ ਰਿਹਾ ਹੈ, ਉਹ ਜਗਤ ਦੀ ਕੋਠੜੀ ਬਣਾ ਕੇ ਬੈਠਾ। ਨਤੀਜਾ ਨਿਕਲਿਆ ਕਿ ਉਹਦੇ ਵਿੱਚ ਬੈਠਾ, ਨਾ ਉਹਦੀ ਛਣ ਖਤਮ ਹੋ ਜਾਊ। ਉਹਦੀ ਜਦੋਂ ਜਦੋਂ ਉਹਨੇ ਛਣ ਖਤਮ ਕਰਨੀ ਹੈ, ਉਦੋਂ ਦੇਖਣ ਵਾਲਾ ਵੀ ਕੋਈ ਨਹੀਂ ਹੋਣਾ। ਰੋਟੀ ਪਾਣੀ ਵੀ ਘੱਟ। ਆਪਾਂ ਰੋਜ਼ ਸੁਖਮਨੀ ਸਾਹਿਬ ਦੇ ਪਾਠ ਵਿੱਚ ਵੀ ਇਹ ਗੱਲ ਪੜ੍ਹਨੀ ਹੈ। ਪਾਪ ਪੁੰਨ ਤੇ ਕਈ ਪਈ ਕਹਾਵਤ, ਆਪਣ ਖੇਲ ਆਪ ਕਰ ਦੇਖੇ ਤੇ ਨਾਲ ਖੇਲ ਸੰਕੋਚੇ। ਜਦੋਂ ਉਹ ਇਸ ਖੇਲ ਨੂੰ ਸੰਕੋਚੇਗਾ, ਉਦੋਂ ਤਾਂ ਨਾਨਕ ਇੱਕ ਹੈ, ਦੂਜਾ ਹੋਣਾ ਕੁੜੀ ਜਿਹੜਾ ਉਹਨੂੰ ਵੇਖੇ। ਇਸ ਲਈ ਇੱਕ ਰੂਪ ਫਿਰੇ ਫਿਰੇ ਪ੍ਰਸੰਨਾ, ਉਹ ਇੱਕੋ ਰੂਪ ਹੈ ਜਿਹੜਾ ਇਸ ਸੰਸਾਰ ਵਿੱਚ ਪ੍ਰਛੰਨਾ ਲੁੱਕ ਕੇ ਬੈਠਾ ਹੈ। ਉਹਦਾ ਰੂਪ ਕੋਈ ਨਹੀਂ ਦੇਖ ਸਕਦਾ ਪਿਆ, ਮੁਸ਼ਕਲ ਤਾਂ ਇੱਕੋ ਰੂਪ ਹੈ। ਉਹਨੂੰ ਅਸੀਂ ਬਹੁਤੇ ਨਹੀਂ ਕਰ, ਰੱਬ ਬਹੁਤੇ ਨਹੀਂ, ਉਹ ਭੁਲੇਖਾ ਹੈ, ਉਹ ਗਲਤੀ ਹੈ। ਜਦੋਂ ਮਨੁੱਖ ਆਖੇ ਕਿ ਦੁਨੀਆਂ ਅੰਦਰ ਬਹੁਤੇ ਰੱਬ ਨੇ, ਮੈਂ ਵੀ ਰੱਬ ਹਾਂ, ਤੁਸੀਂ ਵੀ ਰੱਬ ਹੋ, ਗੁਰੂ ਦੀ ਖੋਜ। ਸਤਿਗੁਰੂ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਉਹ ਰੰਗੀ ਵੀ ਹੈ, ਬਹੁ ਰੰਗੀ ਵੀ ਹੈ। ਚਿਤ ਚਿਤਵੋ ਸੁਖਮਨੀ ਸਾਹਿਬ ਦੀ ਲਾਈਨ, ਚਿਤ ਚਿਤਵੋ ਨਾਰਾਇਣ ਏਕ। ਜੇ ਅਸੀਂ ਗੁਰਬਾਣੀ ਦੀ ਵਿਚਾਰ ਨਾਲ ਵੀ ਸਹਿਮਤ ਨਹੀਂ ਹੋਣਾ, ਇੱਥੇ ਵੀ ਆਪਣੇ ਖਿਆਲ ਅੱਗੇ ਰੱਖਣੇ ਨੇ, ਤੇ ਫਿਰ ਸਾਡੀ ਗੁਰਬਾਣੀ ਨਾਲ ਸਾਂਝ ਕਿਵੇਂ ਰਹੇਗੀ? ਗੁਰਬਾਣੀ ਤਾਂ ਸਪਸ਼ਟ ਕਰਦੀ ਹੈ, ਚਿਤ ਚਿਤਵੋ ਕਿਨੂੰ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਇਹ ਸਾਰੇ ਉਹਦੇ ਰੰਗ ਨੇ, ਬਹੁ ਰੰਗੀ ਹੈ, ਪਰ ਉਹਦਾ ਇੱਕ ਰੂਪ ਹੈ, ਸਾਹਿਬ ਮੈਂ ਇੱਕੋ ਹੈ। ਕਿ ਲੱਗੇ ਉਸ ਇੱਕੋ ਰੂਪ ਵਾਲੇ ਪ੍ਰਭੂ ਨੇ ਕੁਝ ਸਿਰਜਿਆ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਚਲਿਤ, ਜਿਹਨੂੰ ਅਸੀਂ ਆਖਦੇ ਹਾਂ ਕ੍ਰਿਸ਼ਮਾ। ਅਤੇ ਉਸ ਕ੍ਰਿਸ਼ਮੇ ਵਿੱਚ ਅਗਲੀ ਲਾਈਨ ਅੰਦਰ ਕਹਿੰਦੇ ਨੇ ਕੀ ਕੀਤਾ ਹੈ। ਚਾਰ ਕਿਸਮਾਂ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਪੰਛੀ, ਅੰਡੇ ਚ ਜੇਰ ਵਿੱਚੋਂ ਪੈਦਾ ਹੋਣ ਵਾਲੇ ਜੀਵ ਜਾਨਵਰ, ਉਹਨਾਂ ਵਿੱਚ ਮਨੁੱਖ ਵੀ ਆਉਂਦਾ, ਮਨੁੱਖ ਵੀ ਜੇਰ ਦੇ ਵਿੱਚ ਆਉਂਦਾ। ਜਦੋਂ ਜਨਮ ਲੈਂਦਾ ਇਹ ਜੇਰ ਵਿੱਚ, ਜਿਹਨੂੰ ਆਪਾਂ ਨਾੜੂਆ ਕੱਟਣਾ ਕਹਿੰਦੇ ਹਾਂ, ਉਹ ਜੇਰ ਦਾ ਹਿੱਸਾ। ਮਨੁੱਖ ਜਿਹੜਾ ਉਹ ਜੇਰ ਦੇ ਘੇਰੇ ਵਿੱਚ ਆਉਂਦਾ। ਜਿੰਨੀ ਬਨਸਪਤੀ ਸਿਹਤ, ਅੱਜ ਜਿਹੜੇ ਜੀਵ ਜਿਵੇਂ ਮੁਰਗੇ ਵਿੱਚੋਂ ਪੈਦਾ ਹੁੰਦੇ ਨੇ ਪਸੀਨੇ ਵਿੱਚੋਂ, ਉਹਨਾਂ ਨੂੰ ਕਹਿੰਦੇ ਨੇ ਸਿਹਤ। ਅੱਜ ਕਹਿੰਦੇ ਇਹ ਹਾਤਰਾਂ ਦੇ ਚਾਰ ਖਾਣੀਆਂ ਪੈਦਾ ਕਰਕੇ ਬਣਾਉਣ ਵਾਲੀਆਂ, ਜਿਹਦੇ ਵਿੱਚੋਂ ਜੀਵਾਂ ਦੀ ਜਨਮ, ਇਹ ਪਰ ਕਿਸੇ ਹੋਰ ਨੇ ਨਹੀਂ ਬਣਾਈਆਂ,
इस भुलेखे में ना रहे, क्योंकि गल तो समझने वाली विश्वास करने वाली यह है कि तू कहना जो सेहतज जो पैदा होया तो फिर सेहतज जो पैदा होया रब ने थोड़ा पैदा किया इतने दुखा तो गया तू सेहतज तो उत पुजदी यह कृष्मा कह रहे कि सेहतज ठीक है जन्म लिया है पसीने विचों पर रब ने पैदा नहीं किया। वो कहता मनुख भी रब ने नहीं पैदा किया क्योंकि जेल विचों पैदा होया पर गुरबाणी का फैसला इसनों इग्नोर ना कर। गुरु कहते हैं चारे खाने चारे साधन हे मेरे मालिक तू पैदा के चोट तेरे ने बस कह के इस रहाओ की तुक दे घेरे में रहना है कि चोट तेरे ने कृष्णा तेरा है। कह लगे अंडज जेरज उत्भुज से तज तेरे कीते जनता ये सारे जंत तेरे पैदा किए हुए हैं अंडज वाले भी जेरज वाले भी उत्भुज वाले भी सेतज वाले भी लगे एक पूर्व मैं तेरा एक मैं कृष्णा तेरा होर वेख्या है। गुरबाणी किसी गल छुपा के नहीं रखती कहते एक पूर्व मैं तेरा देखिया एक कृष्णा तेरा होर वेख्या है कि तू ये वक् वक् तरह के जीव जंत पैदा करके उन्हें सारिया के पास रहा चौबारा है वो चारे खानिया विचों पैदा होया तू चौबारे विच बैठा है हर पास्यों किसे भी जन्म लैन वाला जड़ा है वो तेरे तो विछड़िया होया नहीं हर पास नाल तेरा संबंध है। कह लगे सब जो तेरी जग जीवना सारे संसार दे विच तेरी जोत वर्त रही है जय जय देखा ते जोत तुम्हारी तेरा रूप कनेहा इत्तत रूप फिर प्रछन्ना तेरा एक रूप है तू वक्रा है जिमें पानी दा अपना एक रूप है पर हर रंग विच जाके पानी उस रंग नू असर कर लेता है पानी दा अपना रूप है जिन्हों आद रूप कहने हैं पानी जदों निकलता है किसी चश्मे तो कि उदों लाल रंग का होंगे पीले रंग का होंगे हरे रंग का होंगे नहीं पानी दा अपना रंग है वो एक रंग है पर उन्दे विच एक फजीलत है उन्दे विच एक कृष्णा है उन्दे विच एक पुरु है वड्याई है वो कि जे वो लाल रंग उन्दी शरना आ जाए उन्दे विच शमल हो जाता है वो लाल रंग दा हो जाता है क्योंकि पीला रंग उन्दे का शरना आ जाए वो पीले रंग दा हो जाता है जे हरे रंग नू उन्दे नेड़े ले आई वो हरे रंग दा हो जाता वो सारे रंगा विच वरतदे आ वेख के इहना अखी इहना विचारी कि पानी खौरे लाल रंग दा है पानी खौरे हरा रंग दा है नहीं
पानी का आद रंग है वह है प्रभु का निर्गुण निरंजन सब दे विच रहिंदे हां सब के मध अलिप तो रहे सारिआं दे विच रहिंदे होइआं उहदा अपना एक रंग है। गुरु कहते ने इह तेरा तुश्मा है जिहड़ा संसार दे मनुख नूं समझ नहीं पै रहा कह लगे मेरे ते रहमत कर तेरे गुण बहुते ने तेरे चोज बड़े ने तेरे कृष्मे ने बड़े ने कुछ कृष्मे कुछ रहमत मेरी चोरी पा मैं तेनू पछाण सकता वो है तेनू पछाण सकना कह लगे ਕ੍ਰਿਸ਼ਮਿਆਂ 'ਤੇ ਤੁਸੀਂ ਭਰੋਸਾ ਰੱਖਦੇ ਹੋ ਉਹ ਇਹਨਾਂ ਵਿੱਚੋਂ ਇੱਕ ਕ੍ਰਿਸ਼ਮਾ ਵੀ ਕਰਕੇ ਦਿਖਾਵੇ ਉਹ ਭਲੇ ਹੋ ਆਪਾਂ ਉਹ ਕ੍ਰਿਸ਼ਮੇ ਨਹੀਂ ਕਰ ਸਕਦੇ ਤਾਂ ਫਿਰ ਉਹਦੇ 'ਤੇ ਵਿਸ਼ਵਾਸ ਤਾਂ ਕਰੀਏ ਸਿਰ ਤਾਂ ਝੁਕਾਈਏ ਸਤਿਗੁਰੂ ਬਖਸ਼ਿਸ਼ ਕਰੇ ਸਾਨੂੰ ਰੱਬ ਪ੍ਰਤੀ ਪ੍ਰਭੂ ਪ੍ਰਤੀ ਪਰਮੇਸ਼ਵਰ ਪ੍ਰਤੀ ਵਿਸ਼ਵਾਸ ਹੋਵੇ ਅਤੇ ਹੋਵੇ ਗੁਰਬਾਣੀ ਦੇ ਰਾਹੀਂ ਗੁਰਬਾਣੀ ਸਾਨੂੰ ਵਿਸ਼ਵਾਸ ਕਰਾਉਂਦੀ ਇਹ ਗੁਰਬਾਣੀ ਨਾਲ ਜੁੜਨ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਮਕਸਦ ਇਹੋ ਹੀ ਹੈ ਕਿ ਸਾਨੂੰ ਉਹਨਾਂ ਕ੍ਰਿਸ਼ਮਿਆਂ ਉਹਦੀਆਂ ਬਰਕਤਾਂ ਦਿਖਾ ਦਿਖਾ ਕੇ ਸੁਣਾ ਸੁਣਾ ਕੇ ਉਹਨੂੰ ਮਿਲਣ ਲਈ ਇੱਕ ਉਤਾਵਲਾ ਉਤਸ਼ਾਹ ਪੈਦਾ ਕਰਦਾ ਜਿਹੜਾ ਸਾਡੇ ਲਈ ਜ਼ਰੂਰੀ ਹੈ ਇਹਨਾਂ ਸ਼ਬਦਾਂ ਨਾਲ ਖਿਮਤਾ ਚਾ ਚੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।